ਮੇਰਾ ਨਾਮ ਮਹਿੰਦਰਪਾਲ, ਸਾਡਾ ਪੰਡਿਤ ਗਿਆਨ ਚੰਦ। ਸਨ 2001 'ਚ ਮੇਰਾ ਓਨ ਡਿਊਟੀ, ਮੈਂ BSS 'ਚ ਸਰਵਿਸ ਕਰਦਾ ਗੁਰਦਾਸਪੁਰ, ਮੇਰਾ ਐਕਸੀਡੈਂਟ ਹੋ ਗਿਆ ਜਿਹਨਾਂ ਮੇਰੀ ਜਿਹੜੀ ਖੱਬੀ ਲੱਤ ਜਿਹੜੀ ਆ ਉਹਦੇ 2 ਟੁਕੜੇ ਹੋ ਗਏ ਸੈਂਟਰ ਦੇ ਵਿੱਚੋਂ, ਨੀਂਹ ਤੋਂ ਥੱਲੇ ਔਰ ਐਂਕਲ ਤੋਂ ਉੱਪਰ। ਔਰ ਉਹਦੇ ਬਾਅਦ ਮੈਨੂੰ ਉੱਥੋਂ ਆਪਣੇ ਸਿਵਲ ਹਸਪਤਾਲ ਗੁਰਦਾਸਪੁਰ ਲੈ ਗਏ, ਉਹਨਾਂ ਮੇਰੇ ਪਲੇਟ ਪਾਈ। ਪਲੇਟ ਮੈਂ ਇੱਕ ਮਹੀਨਾ ਲਗਭਗ ਐਡਮਿਟ ਰਿਹਾ ਉੱਥੇ ਹਸਪਤਾਲ ਦੇ 'ਚ, ਲੇਕਿਨ ਜਦੋਂ ਮੈਨੂੰ ਛੁੱਟੀ ਮਿਲੀ ਤਾਂ ਪਲੇਟ ਜਿਹੜੀ ਰਿਮੂਵ ਹੋ ਗਈ। ਪਲੇਟ ਜਿਹੜੀ ਉਹ ਯਾਨੀ ਫਿੱਟ ਨਹੀਂ ਬੈਠੀ। ਉਹਨੂੰ ਫਿਰ ਮੈਨੂੰ ਕਿਸੇ ਨੇ ਦੱਸਿਆ, ਕਿਸੇ ਨੇ ਰਿਸ਼ਤੇਦਾਰ ਨੇ, ਵੀ ਇੱਥੇ ਅੰਮ੍ਰਿਤਸਰ ਆਓ ਤੁਸੀਂ ਔਰ ਡਾਕਟਰ ਅਵਤਾਰ ਸਿੰਘ ਜੀ ਨੂੰ ਮਿਲੋ ਜੋ ਅਮਨਦੀਪ ਹੋਸਪਿਟਲ ਦੇ ਨਾਂ 'ਤੇ ਆ। ਮੈਂ ਇੱਥੇ ਮੈਨੂੰ ਆਇਆ ਔਰ ਆ ਕੇ ਇਹਨਾਂ ਨੂੰ ਮਿਲਿਆ। ਇਹਨਾਂ ਨੇ ਕਿਹਾ ਵੀ ਪਲੇਟ ਜਿਹੜੀ ਆ ਉਹ ਠੀਕ ਨਹੀਂ ਬੈਠੀ, ਕੋਈ ਲੱਤ ਲੰਬੀ ਆ ਅਤੇ ਰਾਡ ਚਾਹੀਦੀ, ਰਾਡ ਜਿਹੜੀ ਰਾਡ ਪੈਣੀ ਆ। ਸਾਡਾ ਇੱਕ ਕੋਰਸ ਹੁੰਦਾ ਪ੍ਰਮੋਸ਼ਨ ਦਾ, ਸੂਬੇਦਾਰ ਦਾ ਕੋਰਸ ਸੀ ਮੇਰਾ, ਉਹਦੇ ਵਿੱਚ ਸਭ ਜਿਹੜੇ ਸਾਡੀ ਯਾਨੀ ਫਿਜ਼ੀਕਲੀ ਫਿਟਨੈਸ ਲਈ ਜਿਹੜਾ ਟੈਸਟ ਕਲੀਅਰ ਕਰਨਾ ਜ਼ਰੂਰੀ ਆ, ਉਹਦਾ ਯਾਨੀ 5.5 ਫੁੱਟ ਮਿਨੀਮਮ ਛੜੱਪਾ ਮਾਰਨਾ ਨੂੰ ਕਹਿੰਦੇ ਬਰਾਡ ਜੰਪ, ਔਰ ਉਹ 10 ਫੁੱਟ ਜਿਹੜਾ ਹੁੰਦਾ ਡਿੱਚ ਹੁੰਦਾ ਵਾ ਖੱਡਾ, ਉਹ ਕ੍ਰਾਸ ਕਰਨਾ ਹੁੰਦਾ ਦੌੜ ਕੇ। ਉਹ 2 ਕਿਲੋਮੀਟਰ ਆਪਣੇ ਪੈਦਲ 22 ਫੁੱਟ ਹੁੰਦੀ ਜਾਨੀ ਚੱਲਣਾ ਹੁੰਦਾ, ਉਹ ਟਾਈਮ ਹੁੰਦਾ ਜੇ। ਮੈਂ 3 ਵਿੱਚੋਂ ਐਕਸੀਡੈਂਟ ਆਇਆ, ਜਿਹੜਾ ਆਪਣੇ ਛੜੱਪਾ ਮਾਰਿਆ ਮੈਂ 6.5 ਫੁੱਟ ਮਾਰਿਆ, ਜਿਹੜਾ ਸਭ ਤੋਂ ਜ਼ਿਆਦਾ ਸੀ ਉਹ ਐਕਸੀਡੈਂਟ, ਉੱਥੇ ਖੱਡਾ ਵੀ ਟੱਪਿਆ ਔਰ ਉਹ 'ਚੋਂ ਆਇਆ। ਉਹਦੇ ਬਾਅਦ ਮੇਰੀ ਸਾਡੀ ਯੂਨਿਟ ਕਸ਼ਮੀਰ ਚੱਲ ਗਈ, ਉੱਥੇ ਹਾਈ ਅਲਟੀ ਦੇ ਉੱਪਰ ਹੀ, ਹਾਈ ਅਲਟੀ ਦੇ ਜਾਨੀ ਮੈਂ ਯਾਨੀ 10 ਤੋਂ 12 ਹਜ਼ਾਰ ਦੀ ਫੁੱਟ ਜਿਹੜੀ ਹਾਈਟ ਸੀ ਮਿਨੀਮਮ 10,000-12 ਫੁੱਟ ਮੈਂ ਯਾਨੀ ਆਰਾਮ ਨਾਲ ਚੜ੍ਹਦਾ ਰਿਹਾ। ਰਾਡ ਮੇਰੀ ਹੁਣ ਵੀ ਵਿੱਚ ਲੱਦ ਦੇ ਵਿੱਚ। ਉਹਦੇ ਬਾਅਦ ਮੈਂ ਆਪਣੇ ਸਾਡੀ ਯੂਨਿਟ ਸ਼ਿਲਾਂਗ ਚਲੀ ਗਈ। ਸ਼ਿਲਾਂਗ ਤੋਂ ਹੀ ਮੈਂ 2011 'ਚ ਪੈਨਸ਼ਨ ਆਇਆ। ਜਦੋਂ ਮੈਂ ਇੱਥੇ ਆਇਆ ਉਦੋਂ ਮਾਹੌਲਦਾਰ ਹੀ, ਜਦੋਂ ਹੁਣ 3 ਫੀਤੀ ਸੀ ਮੇਰੇ, ਉਹ ਜਦੋਂ ਮੈਂ ਆਇਆ ਪੈਨਸ਼ਨ ਉਦੋਂ 3 ਸਟਾਰ ਲੈ ਕੇ ਆਇਆ। ਔਰ ਹਰ ਸਮੇਂ ਮੈਂ ਡਾਕਟਰ ਸਾਹਿਬ ਨੂੰ ਯਾਦ ਕਰਦਾ ਰਿਹਾ, ਅਗਰ ਇਹ ਮੇਰੀ ਲੱਤ ਦੀ ਰਾਡ ਨਾ ਪਾਉਂਦੇ ਤਾਂ ਮੈਂ ਇਹ 3 ਸਟਾਰ ਨਹੀਂ ਲੈ ਸਕਦਾ। ਔਰ ਜਿਸ ਤਰ੍ਹਾਂ ਮੈਂ ਹੁਣ ਵੀ ਚੱਲਾਂ, ਹੁਣ ਵੀ ਮੇਰੀ ਉਮਰ ਇੰਨੀ 70 ਤੋਂ ਉੱਪਰ ਹੋ ਗਈ ਜੇ, ਇਸ ਸਮੇਂ ਮੈਂ ਯਾਨੀ 20 ਤੋਂ 22 ਕਿਲੋਮੀਟਰ ਡੇਲੀ ਯਾਨੀ ਸਾਈਕਲ ਚਲਾਉਂਦਾ, ਔਰ ਪੈਦਲ ਯਾਨੀ 10 ਤੋਂ 12 ਕਿਲੋਮੀਟਰ ਜੇ ਸਾਈਕਲ ਚਲਾਉਂਦਾ, 10 ਤੋਂ 12 ਕਿਲੋਮੀਟਰ ਮੈਂ ਆਪਣੇ ਪੈਦਲ ਜਾਣਾ ਪੂਰਾ ਫਿੱਟ ਹਾਂ। ਇਸ ਲਈ ਮੈਂ ਹੁਣ ਮਿਲਣ ਆਏ ਡਾਕਟਰ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਸੀ, ਬੜੀ ਦੇਰ ਦਾ ਹੀ ਕੁਛ ਆਪਣੀ ਥੋੜ੍ਹੀ ਫਿਜ਼ੀਕਲ ਪ੍ਰੋਬਲਮ ਨੂੰ ਦੱਸਣਾ ਆ। ਕਸ਼ਮੀਰ ਦੇ ਵਿੱਚ ਹੀ ਡਾਕਟਰ ਸਾਹਿਬ ਦੇ ਉੱਥੇ ਬੋਰਡ ਕਸ਼ਮੀਰ ਤੱਕ ਲੱਗੇ ਨੇ, ਸ਼੍ਰੀਨਗਰ ਤੱਕ। ਉਹ ਜਦੋਂ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਉਦੋਂ ਮੈਂ ਡਾਕਟਰ ਸਾਹਿਬ ਹੁਣ ਤੁਹਾਡਾ ਹਸਪਤਾਲ ਛੋਟਾ, ਕਦੇ ਦੁਬਾਰਾ ਮਿਲਾਂਗਾ ਤਾਂ ਤੁਹਾਡਾ ਨਾਂ ਦੁਨੀਆ ਚਮਕਿਆ, ਔਰ ਐਕਚੁਅਲੀ ਦੁਨੀਆ ਚਮਕਣ ਡਿਆ। ਮੈਂ ਆਪਣੇ ਬੱਚਿਆਂ ਕੋਲ ਸਿੜਨੀ ਰਹਿਣਾ ਆਸਟ੍ਰੇਲੀਆ 'ਚ, ਆਸਟ੍ਰੇਲੀਆ ਤੱਕ ਵੀ ਇਹਨਾਂ ਦਾ ਨਾਮ ਉੱਥੇ ਆ ਵੀ ਡਾਕਟਰ ਅਮਨਦੀਪ ਸਿੰਘ, ਡਾਕਟਰ ਆਪਣੇ ਅਵਤਾਰ ਸਿੰਘ ਅਮਨਦੀਪ ਹੋਸਪਿਟਲ ਦੇ ਡਾਕਟਰ ਬਹੁਤ ਹੀ ਅੱਛੇ ਹੈ ਔਰ ਬਹੁਤ ਹੀ ਨੇਕ ਆਦਮੀ ਹੈ। ਜੇ ਨੇਕ ਕਹਿੰਦੇ ਨੇ, ਨੇਕ ਪਰਮਾਤਮਾ ਨਾਂ ਲੈਣ ਵਾਲੇ ਆ, ਗਰੀਬਾਂ ਦੇ ਮਸੀਹੇ ਨੇ ਪਰਮਾਤਮਾ। ਮੈਂ ਸਾਰਾ ਹੁਣ ਵੀ ਕਿਸੇ ਨੂੰ ਮਿਲਣਾ, ਉਹਨੇ ਕਹਿੰਦਾ ਜਿੰਨੇ ਵੀ ਇਲਾਜ ਕਰਾਉਣਾ ਆਪਣਾ ਗਰੀਬ ਗੁਣਵੇ ਨੇ ਉਹਨਾਂ ਕੋਲ ਜਾਓ, ਔਰ ਇਲਾਜ ਬਿਲਕੁਲ ਫਿੱਟ ਜਾਣੀ ਕੋਈ ਜਾਣੀ ਜਿਹੜਾ ਤੁਹਾਨੂੰ ਉਹਨਾਂ ਕਿਹਾ ਛੋਟੀ ਦਿੱਤੀ ਪੱਕਾ ਹੋ ਗਿਆ। ਇਹ ਮੇਰੀ ਉਦਾਹਰਨ ਸਾਹਮਣੇ ਆ, ਆਹ ਮੇਰਾ ਐਕਸਰੇ ਜਿਹਾ ਦੇਖੋ, ਐਕਸਰੇ ਜਾਣੀ ਰਾਡ ਮੇਰੀ ਹਾਲੀ ਮੇਰੇ ਲੱਦੇ ਵਿੱਚ। ਆਹ ਇਹਨਾਂ ਦਾ ਪਹਿਲਾ ਕਾਰਡ ਆ ਜਿਹੜਾ ਮੈਂ ਉਹਨੂੰ 2002 ਦਾ, ਔਰ ਮੈਂ ਇਹਨਾਂ ਇਹੀ ਕਹਿੰਦਾ ਵੀ ਪਰਮਾਤਮਾ ਨੇ ਲੰਮੀ ਉਮਰਾਂ ਕਰੇ ਔਰ ਹਮੇਸ਼ਾ ਜਾਣੀ ਇਸ ਤਰ੍ਹਾਂ ਹਰ ਇੱਕ ਦਾ ਇਲਾਜ ਕਰਦੇ ਰਹਿਣ, ਜਿਹੜਾ ਇੱਥੋਂ ਆਏ ਦੁਖੀ ਆ ਸੁੱਖ ਪਾ ਕੇ ਜਾਏ।